ਸਤਿ ਸ਼੍ਰੀ ਅਕਾਲ ਜੀ, ਮੈਂ ਜੈਸਿਕਾ ਤੇ ਤੁਸੀਂ ਦੇਖ ਰਹੇ ਹੋ ਸਮਾਜ ਟੀਵੀ ਦਾ ਅਹਿਮ ਪ੍ਰੋਗਰਾਮ ਸਾਂਝ ਜ਼ਿਲ੍ਹਾ ਦੀ। ਪਿਆਰੇ ਦਰਸ਼ਕੋ, ਇਸ ਕਾਰਜਕ੍ਰਮ 'ਚ ਅਸੀਂ ਤੁਹਾਨੂੰ ਵੱਖ ਵੱਖ ਸ਼ਖਸੀਅਤਾਂ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ 'ਚ ਨਾਮ ਕਮਾਇਆ ਹੁੰਦਾ ਹੈ। ਪਿਆਰੇ ਦਰਸ਼ਕੋ, ਜੋ ਕਲਾਕਾਰੀ ਹੈ ਉਹ ਰੂਹ ਦੀ ਭੁੱਖ ਹੈ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਨਰਿੰਦਰਪਾਲ ਸਿੰਘ ਨੀਨਾ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਮਾਜ ਟੀਵੀ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨੀਨਾ ਜੀ, ਆਪਾਂ ਸ਼ੁਰੂਆਤ ਕਰੀਏ, ਮੈਂ ਤੁਹਾਡੇ ਬਚਪਨ ਔਰ ਪਿਛੋਕੜ ਬਾਰੇ ਜਾਣਨਾ ਚਾਹੁੰਦੀ ਹਾਂ। ਜੈਸਿਕਾ ਜੀ, ਇੱਦਾਂ ਕਿ ਮੇਰਾ ਜਿਹੜਾ ਪਰਿਵਾਰਕ ਪਿਛੋਕੜ ਆ ਉਹ ਆਰਟਿਸਟਿਕ ਲਾਈਨ ਨਾਲ ਕਿਤੇ ਵੀ ਨਹੀਂ ਜੁੜਿਆ ਹੋਇਆ ਸੀ, ਪਰ ਮੇਰੇ ਫਾਦਰ ਸਾਹਿਬ ਸਰਦਾਰ ਹਰੀ ਸਿੰਘ ਜੀ ਉਹ ਸਾਹਿਤਕਾਰ ਸੀਗੇ ਔਰ ਮੇਰਾ ਜਿਹੜਾ ਪਿਛੋਕੜ ਪਿੰਡ ਹੈਗਾ ਉਹ ਸੰਗਰੂਰ ਡਿਸਟ੍ਰਿਕਟ ਦੇ ਨਾਲ, ਬਟ ਮੇਰਾ ਜਿਹੜਾ ਬਰਥ ਹੈਗਾ ਉਹ ਚੰਡੀਗੜ੍ਹ ਦਾ ਜੀ, 11 ਸੈਕਟਰ ਦਾ, 16 ਸੈਕਟਰ ਦੇ ਵਿੱਚ ਹੋਸਪਿਟਲ 'ਚ ਮੇਰਾ ਬਰਥ ਹੋਇਆ ਸੀ ਅਤੇ ਮੇਰਾ ਬਚਪਨ ਸਾਰਾ ਚੰਡੀਗੜ੍ਹ ਬੀਤਿਆ ਔਰ ਚੰਡੀਗੜ੍ਹ ਦੇ ਵਿੱਚ ਜਿੰਨੇ ਸਾਡੇ ਜੋਟੀਦਾਰ ਸੀਗੇ ਛੋਟੇ ਛੋਟੇ, ਅਸੀਂ ਸਾਰੇ ਸ਼ਰਾਰਤਾਂ ਕਰਨੀਆਂ, ਸਾਰਾ ਕੁਛ ਕਰਨਾ, ਅਤੇ ਉਦੋਂ ਸ਼ਰਾਰਤਾਂ ਦੇ ਵਿੱਚ ਕੁਛ ਐਕਟ ਕਰਦੇ ਹੁੰਦੇ ਸੀ ਅਸੀਂ ਛੋਟੇ ਹੁੰਦੇ, ਪਰ ਇਹ ਨਹੀਂ ਸੀ ਪਤਾ ਵੀ ਉਹ ਐਕਟ ਅੱਗੇ ਆ ਕੇ ਮੈਨੂੰ ਇੱਦਾਂ ਕਲਾ ਦੇ ਨਾਲ ਜੋੜ ਦੇਣਗੇ। ਅਤੇ ਬਚਪਨ ਔਰ ਸਟੱਡੀ ਮੇਰੀ ਸਾਰੀ ਇੱਥੋਂ ਦੀ ਰਹੀ, ਉਹ ਤੋਂ ਬਾਅਦ ਮੈਂ ਐਗਰੀਕਲਚਰ ਯੂਨੀਵਰਸਿਟੀ ਤੋਂ ਐਗਰੀਕਲਚਰ ਸਬ ਇੰਸਪੈਕਟਰ ਦਾ ਕੋਰਸ ਕੀਤਾ ਜੀ, ਦੈਨ ਉਹ ਤੋਂ ਬਾਅਦ ਫਿਰ ਮੈਂ ਇੱਥੇ ਚੰਡੀਗੜ੍ਹ ਦੇ ਵਿੱਚ ਜੋਬ 'ਤੇ ਲੱਗ ਗਿਆ ਜੀ। ਮੈਂ ਐਜ਼ ਜੂਨੀਅਰ ਇੰਜੀਨੀਅਰ ਹਾਰਟੀਕਲਚਰ ਡਿਪਾਰਟਮੈਂਟ ਦੇ ਵਿੱਚ ਜੋਬ ਵੀ ਕਰ ਰਿਹਾ ਨਾਲ ਦੀ ਨਾਲ, ਅਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਇਹ ਮੇਰੀ ਜਿਹੜੀ ਇਹਦੇ ਨਾਲ ਕਹੀਏ ਕਲਾਕਾਰੀ ਦੇ ਨਾਲ ਬਚਪਨ ਤੋਂ ਹੀ ਜੋੜ ਮਿਲ ਗਿਆ ਸੀਗਾ, ਕਿਉਂਕਿ ਸ਼ੁਰੂਆਤ ਮੇਰੀ ਭੰਗੜੇ ਤੋਂ ਆ। ਭੰਗੜੇ ਦੇ ਨਾਲ ਨਾਲ ਹੌਲੀ ਹੌਲੀ ਉਹ ਜਿਹੜਾ ਭੰਗੜੇ ਦੀ ਜਿਹੜੀ ਅੰਦਰ ਖੁਰਾਕ ਸੀਗੀ ਉਹ ਮਿਲਦੀ ਗਈ, ਪਰ ਲੱਗਿਆ ਕਿ ਨਹੀਂ ਭੰਗੜਾ ਕਿੰਨੀ ਕੁ ਦੇਰ। ਭੰਗੜੇ ਦੇ ਨਾਲ ਨਾਲ ਮੈਂ 83 ਦੇ ਵਿੱਚ ਗੱਤਕਾ ਖੇਡਣਾ ਸ਼ੁਰੂ ਕਰ ਦਿੱਤਾ ਸੀ। ਗੱਤਕਾ ਖੇਡਣਾ ਸ਼ੁਰੂ ਕੀਤਾ, ਫਿਰ ਲੱਗਿਆ ਕਿ ਗੱਤਕਾ ਅਤੇ ਭੰਗੜਾ ਚਲੋ ਸੁਮੇਲ ਹੋ ਗਿਆ ਇੱਕ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਭੁੱਖ ਸੀਗੀ ਕੁਛ ਮਿਸਿੰਗ ਆ, ਕੁਛ ਹੋਰ ਕਰਨਾ। ਉਹਦੇ ਨਾਲ ਨਾਲ ਫਿਰ ਮੈਨੂੰ ਇੱਥੇ ਆਪਣੇ ਸੰਜੀਵਨ ਸਿੰਘ ਹੈਗੇ ਨੇ ਜਿਹੜੇ ਕਿ ਸਾਡੇ ਵੱਡੇ ਭਰਾ ਨੇ ਔਰ ਸੰਤੋਖ ਸਿੰਘ ਧੀਰ ਜੀ ਦੇ ਭਤੀਜੇ ਔਰ ਰੁਪਦਮਨ ਸਿੰਘ ਰੂਪ ਜੀ ਦੇ ਬੇਟੇ, ਪਰ ਉਹ ਸਾਹਿਤ ਦੇ ਨਾਲ ਵੀ ਜੁੜੇ ਹੋਏ ਸੀ, ਥੀਏਟਰ ਦੇ ਨਾਲ ਵੀ ਜੁੜੇ ਹੋਏ ਸੀ। ਅਸੀਂ ਉਹਨਾਂ ਦੇ ਕੋਲ ਬਚਪਨ ਸਾਡਾ, ਅਸੀਂ ਜਦੋਂ ਜਵਾਨ ਹੋਏ ਸੀ ਅਤੇ ਉਹਨਾਂ ਨਾਲ ਖੇਡਣਾ, ਉਹ ਥੀਏਟਰ ਕਰਦੇ ਸੀਗੇ ਅਤੇ ਉਹਨਾਂ ਨੇ ਕਿਹਾ ਵੀ ਆਪਾਂ ਇੱਕ ਕਲੱਬ ਬਣਾ ਕੇ ਅਤੇ ਆਪਾਂ ਇੱਕ ਥੀਏਟਰ ਸ਼ੁਰੂ ਕਰਦੇ ਹਾਂ। ਅਸੀਂ 89 ਦੇ ਵਿੱਚ ਫਿਰ ਉਹ ਕਲੱਬ ਬਣਾ ਕੇ ਅਤੇ ਥੀਏਟਰ ਸ਼ੁਰੂ ਕੀਤਾ। ਮੇਰੇ ਉਸਤਾਦ ਸਰਦਾਰ ਬੀਪੀ ਸਿੰਘ, ਮਰਹੂਮ ਸ਼੍ਰੀ ਬੀਪੀ ਸਿੰਘ, ਔਰ ਉਹ ਲਾਈਟਾਂ ਦੇ ਵਿੱਚ ਮੁਹਾਰਤ ਸੀ ਉਹਨਾਂ ਨੂੰ, ਉਹਦੇ ਨਾਲ ਨਾਲ ਡਾਇਰੈਕਟਰ ਬਹੁਤ ਖੂਬ ਸੀਗੇ ਉਹ, ਅਤੇ ਉਹਨਾਂ ਦੇ ਨਾਲ ਜੁੜ ਕੇ ਅਤੇ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਔਰ ਉਹ ਮੇਰਾ ਥੀਏਟਰ ਦਾ ਜਿਹੜਾ ਸੁਪਨਾ ਸੀ ਉਹ ਥੀਏਟਰ ਤੋਂ ਕਰਦੇ ਕਰਦੇ ਫਿਲਮ ਲਾਈਨ 'ਚ ਕਦੋਂ ਆ ਗਏ ਪਤਾ ਹੀ ਨਹੀਂ ਲੱਗਦਾ। ਅਤੇ ਨੀਨਾ ਜੀ, ਮੈਂ ਜਾਣਨਾ ਚਾਹੁੰਦੀ ਹਾਂ ਕਿ ਉਹ ਕਿਹੜਾ ਮੋੜ ਸੀਗਾ, ਮਤਲਬ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਥੀਏਟਰ ਤੋਂ ਬਾਅਦ ਕੋਈ ਨਾ ਕੋਈ ਇੱਕ ਵੇ ਬਣਿਆ ਹੁੰਦਾ ਹੈ, ਕੋਈ ਚੀਜ਼ ਹੁੰਦੀ ਹੈ ਜਿਹੜੀ ਮਤਲਬ ਸਾਨੂੰ ਐਗਜੈਕਟ ਕਹਿ ਸਕਦੇ ਕਿ ਪਹਿਲੇ ਪ੍ਰੋਜੈਕਟ ਵੱਲ ਜਾਂ ਫਿਰ ਐਗਜੈਕਟ ਉਸ ਗੋਲ ਵੱਲ ਲੈ ਜਾਂਦੀ ਹੈ, ਉਹ ਕਿਹੜਾ ਮੋੜ ਸੀਗਾ? ਉਹ ਐਸ ਸੱਚ ਇੱਦਾਂ ਦਾ ਕੁਛ ਨਹੀਂ ਸੀਗਾ। ਇੱਕ ਵਾਰੀ ਇਹ ਗੱਲ ਹੈਗੀ ਆ ਕੋਈ 94-95 ਦੀ ਆ। ਹਾਂਜੀ। ਅਤੇ ਇੱਥੇ ਇੱਕ ਫਿਲਮ ਇੰਸਟੀਚਿਊਟ ਤੋਂ ਕੋਈ ਫਿਲਮ ਕਰਨ ਆਏ ਸੀਗੇ, ਆਪਣੇ ਖੁਸ਼ਵੰਤ ਸਿੰਘ ਜੀ ਦਾ ਨਾਵਲ ਸੀਗਾ ਟ੍ਰੇਨ ਟੂ ਪਾਕਿਸਤਾਨ, ਅਤੇ ਉਹਦੇ ਵਾਸਤੇ ਉਹ ਕਾਸਟਿੰਗ ਕਰ ਰਹੇ ਸੀਗੇ ਅਤੇ ਉਹਨਾਂ ਦੀ ਆਈ ਤਾਂ ਸਾਨੂੰ ਪਤਾ ਲੱਗਿਆ ਕਿ ਕਹਿੰਦੇ ਵੀ ਥੀਏਟਰ ਵਾਲੇ ਆਰਟਿਸਟ ਚਾਹੀਦੇ ਨੇ ਸਾਰੇ ਉਹਨਾਂ ਨੂੰ, ਅਤੇ ਅਸੀਂ ਵੀ ਚਲੇ ਗਏ। ਸਾਨੂੰ ਹੁਣ ਉਦੋਂ ਇੰਨਾ ਸਕੋਪ ਨਹੀਂ ਸੀਗਾ ਜਿੰਨਾ ਅੱਜ ਦੇ ਬੱਚਿਆਂ ਵਾਸਤੇ ਸਕੋਪ ਆ, ਉਹਨਾਂ ਉਦੋਂ ਨਹੀਂ ਸੀ ਸਕੋਪ। ਡਿਜੀਟਲ ਮੀਡੀਆ ਬਿਲਕੁਲ ਬਹੁਤ ਜ਼ਿਆਦਾ, ਅਤੇ ਉਹਦੇ ਨਾਲ ਕੀ ਹੋਇਆ ਕਿ ਅਸੀਂ ਚਲੇ ਗਏ ਉੱਥੇ ਵੀ, ਚਲੋ ਦੇਖਦੇ ਹਾਂ ਵੀ ਕੀ ਹੁੰਦਾ। ਉਹਨਾਂ ਨੇ ਆਡੀਸ਼ਨ ਲਿਆ, ਆਡੀਸ਼ਨ ਲੈਣ ਤੋਂ ਬਾਅਦ ਉਹਨਾਂ ਨੇ ਕੁਛ ਕਰੈਕਟਰ ਫਾਈਨਲ ਕੀਤੇ, ਬਹੁਤ ਵੱਡਾ ਕਰੈਕਟਰ ਨਹੀਂ ਸੀਗਾ ਪਰ ਇਹ ਸੀਗਾ ਫਸਟ ਟਾਈਮ ਕੈਮਰਾ ਫੇਸ ਕਰ ਰਹੇ ਸੀਗੇ, ਅਤੇ ਉਹ ਇੱਕ ਮੌਕਾ ਮਿਲਿਆ ਸਾਨੂੰ ਖੁਸ਼ਵੰਤ ਸਿੰਘ ਦੇ ਨਾਵਲ ਟ੍ਰੇਨ ਟੂ ਪਾਕਿਸਤਾਨ ਦੇ ਵਿੱਚ ਕੰਮ ਕਰਨ ਦਾ। ਮੈਂ ਉਹਦੇ 'ਚ ਇੱਕ ਆਰਮੀ ਮੈਨ ਦਾ ਕਰੈਕਟਰ ਕੀਤਾ, ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਆ ਅਤੇ ਉਦੋਂ ਕੁਛ ਬੰਦੇ ਇੱਧਰ ਲਿਜਾਣੇ ਉੱਧਰ ਲਿਜਾਣੇ, ਅਤੇ ਉਹਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਪਾਰਟ ਮਿਲਿਆ, ਬਟ ਇਹ ਆ ਵੀ ਉਹਦੇ ਨਾਲ ਇੱਕ ਸਕੋਪ ਮੈਨੂੰ ਇੱਕ ਦਿਖਿਆ। ਉਹ ਤੋਂ ਬਾਅਦ ਫਿਰ ਮੈਂ ਦੂਰਦਰਸ਼ਨ ਦਾ ਹਰਬਖਸ਼ ਲਾਟਾ ਦੇ ਨਾਲ ਕੀਤਾ ਇੱਕ ਮਿਆਂ ਦੋ ਤਲਵਾਰਾਂ, ਅਤੇ ਉਹ ਕਰਤਾਰ ਸਿੰਘ ਸਰਾਭੇ ਦੀ ਜ਼ਿੰਦਗੀ ਦੇ ਉੱਤੇ ਸੀਗਾ, ਅਤੇ ਉਹਦੇ 'ਚ ਮੈਂ ਗਦਰੀ ਯੋਧੇ ਦਾ ਕਰੈਕਟਰ ਕੀਤਾ ਅਤੇ ਉਹ ਕਰੈਕਟਰ ਵੀ ਬਹੁਤ ਸਰਾਹਿਆ ਗਿਆ। ਉਹ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ, ਫਿਰ ਅੱਗੇ ਕੁਛ ਨਾ ਕੁਛ ਚੱਲਦੇ ਹੀ ਆ। ਅਤੇ ਕਹਿ ਸਕਦੇ ਹਾਂ ਕਿ ਜਿਹੜਾ ਤੁਹਾਡਾ ਫਸਟ ਪ੍ਰੋਜੈਕਟ ਸੀਗਾ ਉਹ ਸੀਗਾ ਕਿ ਟ੍ਰੇਨ ਟੂ ਪਾਕਿਸਤਾਨ। ਹਾਂਜੀ। ਅਤੇ ਇਹ ਜਿਹੜਾ ਫਸਟ ਪ੍ਰੋਜੈਕਟ ਸੀ, ਉਸ ਤੋਂ ਬਾਅਦ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਕੁਛ ਨਾ ਕੁਛ ਦਿਖ ਰਿਹਾ ਸੀ ਅੱਗੇ,
ਤੁਹਾਨੂੰ ਇੱਕ ਲੱਗ ਰਿਹਾ ਸੀ ਕਿ ਜੋ ਚੀਜ਼ ਮੈਂ ਭੰਗੜੇ ਤੋਂ ਬਾਅਦ ਗੱਤਕਾ ਤੋਂ ਬਾਅਦ ਤੁਹਾਨੂੰ ਕੁਝ ਮਿਸਿੰਗ ਲੱਗ ਰਿਹਾ ਸੀ ਉਹ ਚੀਜ਼ ਤੁਹਾਨੂੰ ਲੱਗਦਾ ਸੀ ਤੁਹਾਨੂੰ ਮਿਲ ਚੁੱਕੀ ਆ ਜਾਂ ਗੋਲ ਦਿਖ ਰਿਹਾ ਹੋਣਾ ਨਹੀਂ ਗੋਲ ਤਾਂ ਦਿਖ ਰਿਹਾ ਸੀ ਕਿ ਇੱਕ ਮੰਜ਼ਿਲ ਵੱਲ ਜਾਣਾ ਪਰ ਇਹ ਸਾਰੀਆਂ ਨਾ ਮਤਲਬ ਕੁਝ ਟੌਪਿਕ ਸੀਗੇ ਅਲੱਗ 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 ਮਤਲਬ ਹਰੇਕ ਜਗ੍ਹਾ ਸਾਨੂੰ ਕੁਛ ਨਾ ਕੁਛ ਨਵਾਂ ਸਿੱਖਣ ਲਈ ਮਿਲਿਆ ਪਰ ਜਿਹੜੀ ਕਲਾਕਾਰੀ ਦੀ ਜਿਹੜੀ ਮਤਲਬ ਰੂਹ ਹੁੰਦੀ ਹੈ ਨਾ ਉਹ ਕਦੇ ਰੱਜਦੀ ਨਹੀਂ ਉਹ ਭੁੱਖੀ ਰਹਿੰਦੀ ਹੈ ਉਹ ਕੁਛ ਨਾ ਕੁਛ ਲੱਭਦੀ ਰਹਿੰਦੀ ਹੈ ਵੀ ਨਵਾਂ ਮੈਂ ਕੀ ਲੱਭਾਂ ਨਵਾਂ ਮੈਂ ਕੀ ਕਰਨਾ ਅਤੇ ਇਹ ਮੰਜ਼ਿਲ ਕਦੇ ਖਤਮ ਨਹੀਂ ਹੋਣੀ ਕਲਾਕਾਰੀ ਦੀ ਮੰਜ਼ਿਲ ਜਿਹੜੀ ਆ ਉਹ ਬਹੁਤ ਦੂਰ ਆ ਔਰ ਇਹ ਮੰਜ਼ਿਲ ਖਤਮ ਨਹੀਂ ਹੋਣੀ ਕਿਉਂਕਿ ਸਿੱਖਣਾ ਕਦੇ ਖਤਮ ਨਹੀਂ ਬਿਲਕੁਲ ਸਿੱਖਣਾ ਕਦੇ ਖਤਮ ਨਹੀਂ ਹੁੰਦਾ ਅਤੇ ਨੀਨਾ ਜੀ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਹੈ ਮੇਰੀ ਫੈਮਿਲੀ ਦੇ ਵਿੱਚ ਮੇਰੀ ਇਕਲੌਤੀ ਪਤਨੀ ਹੈ ਜੀ ਸੁਖਬੀਰਪਾਲ ਕੌਰ ਔਰ ਉਹ ਵੀ ਆਰਟਿਸਟਿਕ ਲਾਈਨ ਦੇ ਨਾਲ ਸਾਡਾ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਕਲਾ ਦੇ ਖੇਤਰ ਦੇ ਵਿੱਚ ਸਮਰਪਿਤ ਆ ਮੇਰੀ ਵਾਈਫ ਉਹ ਵੀ ਐਕਟਿੰਗ ਕਰਦੇ ਨੇ ਮੇਰੀ ਬੇਟੀ ਹੈਗੀ ਆ ਅਨੁਰੀਤਪਾਲ ਕੌਰ ਉਹ ਵਰਲਡ ਦੀ ਪਹਿਲੀ ਅਲਗੋਜ਼ਾ ਵਾਦਕ ਬੇਟੀ ਹੈਗੀ ਮੇਰੀ ਪਰ ਉਹਨੂੰ ਹੁਣੀ ਪਿੱਛੇ ਨੈਸ਼ਨਲ ਮਤਲਬ ਜੀ ਅਵਾਰਡਸ ਮਿਲੇ ਨੇ ਅਤੇ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਉਹਦਾ ਨਾਂ ਆਇਆ ਮੇਰਾ ਬੇਟਾ ਹੈਗਾ ਹਰਕੀਰਤਪਾਲ ਸਿੰਘ ਉਹ ਵੀ ਇਸੇ ਦੇ ਨਾਲ ਜੁੜਿਆ ਹੋਇਆ ਲਾਈਨ ਦੇ ਨਾਲ ਮੀਡੀਆ ਲਾਈਨ ਦੇ ਨਾਲ ਔਰ ਕਲਚਰ ਨੂੰ ਵੀ ਸਮਰਪਿਤ ਹੈ ਮੇਰੇ ਫਾਦਰ ਇਨ ਲਾਅ ਹੈਗੇ ਨੇ ਉਹ ਸਰਦਾਰ ਗੁਰਪ੍ਰੀਤ ਸਿੰਘ ਖਾਲਸਾ ਜੀ ਉਹ ਵੀ ਗੱਤਕਾ ਸਿਖਾਉਂਦੇ ਨੇ ਇੱਥੇ ਉਹ ਜਥੇਦਾਰ ਨੇ ਮੇਰੇ ਫਾਦਰ ਸਾਹਿਬ ਮੈਂ ਤੁਹਾਨੂੰ ਦੱਸ ਦਿੱਤਾ ਵੀ ਉਹ ਇੱਥੋਂ ਸਾਨੂੰ ਵਿਛੋੜਾ ਦੇ ਗਏ ਅਤੇ ਉਹ ਵੀ ਸਾਹਿਤ ਦੇ ਨਾਲ ਜੁੜੇ ਹੋਏ ਸੀਗੇ ਅਤੇ ਉਹ ਸਾਰਾ ਪਰਿਵਾਰ ਰਲ ਮਿਲ ਕੇ ਅਸੀਂ ਅਤੇ ਮਤਲਬ ਕਿਹੜੇ ਕਿਹੜੇ ਪ੍ਰੋਜੈਕਟ ਕੀਤੇ ਤੁਸੀਂ ਅਤੇ ਉਹਨਾਂ ਵਿੱਚੋਂ ਕੁਛ ਮੇਨ ਹੋਣੇ ਆ ਜਿਨ੍ਹਾਂ ਨੇ ਤੁਹਾਨੂੰ ਕਹਿ ਸਕਦੇ ਕਿ ਅੱਗੇ ਲੈ ਕੇ ਆਏ ਹਾਈਲਾਈਟ ਕੀਤਾ ਕੁਛ ਮੇਨ ਉਹਨਾਂ ਦੇ ਨਾਂ ਵੈਸੇ ਤਾਂ ਮੈਂ ਜਿੰਨੇ ਵੀ ਕਿਰਦਾਰ ਕੀਤੇ ਨੇ ਉਹ ਮੇਰੀ ਕੱਦ ਕਾਠੀ ਨੂੰ ਦੇਖ ਕੇ ਜਾਂ ਮੇਰੇ ਫੇਸ ਨੂੰ ਦੇਖ ਕੇ ਮੈਨੂੰ ਜਿੰਨੇ ਵੀ ਮਿਲੇ ਨੇ ਰੋਬਦਾਰ ਕਰੈਕਟਰ ਹੀ ਮਿਲਿਆ ਮੈਂ ਕਿਤੇ ਵੀ ਕੋਈ ਕਮੇਡੀ ਨਹੀਂ ਮੈਨੂੰ ਕਰਨ ਦਾ ਮੌਕਾ ਮਿਲਿਆ ਪਰ ਜਿੰਨੇ ਵੀ ਮੈਂ ਕਿਰਦਾਰ ਕੀਤੇ ਨੇ ਉਹ ਮੇਰੇ ਲਈ ਸਾਰੀ ਯਾਦਗਾਰੀ ਨੇ ਔਰ ਲੋਕਾਂ ਨੇ ਮੇਰੇ ਹਰ ਕਿਰਦਾਰ ਨੂੰ ਪਿਆਰ ਦਿੱਤਾ ਹੈਗਾ ਕਿਉਂਕਿ ਇਹ ਜਿਹੜੇ ਜਿੰਨਾ ਸਾਡਾ ਦਰਸ਼ਕ ਆ ਜਿੰਨਾ ਸਾਡਾ ਉਹ ਸਾਨੂੰ ਅੱਖਾਂ 'ਤੇ ਬਿਠਾਉਂਦੇ ਆ ਉਹ ਚੱਕਦੇ ਨੇ ਔਰ ਉਹਨਾਂ ਦੀਆਂ ਦੁਆਵਾਂ ਉਹਨਾਂ ਦੇ ਜਿਹੜੇ ਅਰਦਾਸਾਂ ਨੇ ਉਹ ਸਾਨੂੰ ਪਿਆਰ ਜਿਹੜਾ ਹੈਗਾ ਉਹ ਸਾਨੂੰ ਵਧਣ ਫੁੱਲਣ ਦਾ ਮੌਕਾ ਦਿੰਦਾ ਮੇਰੇ ਜਿਹੜੇ ਪ੍ਰੋਜੈਕਟ ਰਹੇ ਨੇ ਉਹ ਰੁਸਤਮੇ ਹਿੰਦ ਉਹਦੇ 'ਚ ਮੇਰਾ ਨੈਗੇਟਿਵ ਕਰੈਕਟਰ ਸੀਗਾ ਸਪੋਰਟਸ ਕਰਪਸ਼ਨ ਦੇ ਉੱਤੇ ਸੀਗਾ ਸਿਆਸਤ ਆਈ ਸੀਗੀ ਉਹਦੇ ਨਾਲ ਨਾਲ ਫਿਰ ਬੰਬੂ ਘਾਟ ਆਈ ਸੀ ਪੰਜਾਬ 1984 ਆਈ ਸੀ ਔਰ ਉਹਦੇ ਨਾਲ ਨਾਲ ਮੈਂ ਇੱਕ ਅਮਿਤਾਭ ਬੱਚਨ ਜੀ ਦੇ ਨਾਲ ਮੈਂ ਪ੍ਰੋਜੈਕਟ ਕੀਤਾ ਸੀ ਸ਼ੂ ਬਾਈਟ ਉਹ ਹਜੇ ਰੁਕਿਆ ਹੋਇਆ ਕਿਸੇ ਕਾਰਨ ਕਰਕੇ ਉਹ ਵੀ ਆ ਜਾਏਗਾ ਔਰ ਮੈਂ ਇੱਕ ਹਾਲੀਵੁੱਡ ਦੀ ਫਿਲਮ ਕੀਤੀ ਸੀ ਵੈਲੀ ਆਫ ਫਲਾਵਰਸ ਨਸੀਰੁਦੀਨ ਸ਼ਾਹ ਮਿਲਨ ਸੁਮਨ ਮਿਲੇਨ ਚੈਂਪਨ ਹੋਏ ਫਰੈਂਚ ਲੇਡੀ ਸੀਗੀ ਉਹ ਇਸ ਫਿਲਮ ਦੀ ਹੀਰੋਇਨ ਸੀਗੀ ਔਰ ਉਹਦੇ ਨਾਲ ਪੈਨਲਿਨ ਡਾਇਰੈਕਟਰ ਸੀਗੇ ਔਰ ਇਹਨੇ ਅਵਾਰਡ ਜਿੱਤੇ ਨੇ ਫਿਲਮ ਨੇ ਉਹਦੇ ਨਾਲ ਨਾਲ 1971 ਬਾਲੀਵੁੱਡ ਦੀ ਫਿਲਮ ਸੀਗੀ ਜਿਹਦੇ 'ਚ ਮਨੋਜ ਵਾਜਪਾਈ ਰਵੀ ਕਿਸ਼ਨ ਔਰ ਉਹਦੇ 'ਚ ਇਕੱਲਾ ਸਰਦਾਰ ਮੈਂ ਹੀ ਸੀਗਾ ਉਹ ਵੀ ਨੈਸ਼ਨਲ ਅਵਾਰਡ ਵੀ ਵਿਨਿੰਗ ਹੈਗੀ ਆ ਫਿਲਮ ਪੰਜਾਬ 1984 ਉਹ ਵੀ ਨੈਸ਼ਨਲ ਅਵਾਰਡ ਹੀ ਹੈਗੀ ਆ ਅਤੇ ਇਸ ਨਾਲ ਮਿਲੋ ਮੇਰੇ ਖਾਤੇ ਦੇ ਵਿੱਚ 3-4 ਜਿਹੜੀਆਂ ਨੇ ਉਹ ਨੈਸ਼ਨਲ ਅਵਾਰਡ ਵਿਨਿੰਗ ਫਿਲਮਾਂ ਹੈਗੀਆਂ ਨੇ ਅਤੇ ਇੱਕ ਇੰਟਰਨੈਸ਼ਨਲ ਫਿਲਮ ਹੈਗੀ ਆ ਉਹਦੇ ਨਾਲ ਨਾਲ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਮੈਂ ਕੀਤੇ ਨੇ ਹਿੰਦੀ ਫਿਲਮ ਆਈ ਸੀ ਮੇਰੇ ਬ੍ਰਦਰ ਕੀ ਦੁਲਹਨ ਕੈਟਰੀਨਾ ਕੈਫ ਦੇ ਨਾਲ ਮਿਲੀ ਆਈ ਸੀ ਅਤੇ ਹੋਰ ਬਹੁਤ ਯਾਦਗਾਰੀ ਪ੍ਰੋਜੈਕਟ ਹੋਰ ਵੀ ਹੈਗੇ ਨੇ ਕਈ ਤਾਂ ਭੁੱਲ ਵੀ ਜਾਂਦੇ ਆ ਮਤਲਬ ਕਹਿ ਸਕਦੇ ਆ ਕਿ ਤੁਸੀਂ ਜਿਹੜੇ ਵੀ ਪ੍ਰੋਜੈਕਟਸ ਕੀਤੇ ਨੇ ਤੇ ਜਿਨ੍ਹਾਂ ਨੂੰ ਅਵਾਰਡਸ ਮਿਲੇ ਨੇ ਬਿਲਕੁਲ ਤੇ ਕਹਿ ਸਕਦੇ ਕਿ ਕਲਾਕਾਰ ਲਈ ਉਹ ਇੱਕ ਪ੍ਰਾਊਡ ਮੂਵਮੈਂਟ ਹੁੰਦਾ ਬਿਲਕੁਲ ਹੁੰਦੀ ਹੈ ਬਹੁਤ ਜ਼ਿਆਦਾ ਪ੍ਰਾਊਡ ਮੂਵਮੈਂਟ ਹੁੰਦਾ ਤੇ ਇੱਕ ਜਿਹੜੀ ਮੈਂ ਗੱਲ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਸ਼ੁਰੂ ਤੋਂ ਕਹਿ ਸਕਦੇ ਆ ਕਿ ਮੇਰੀ ਹਾਈਟ ਔਰ ਫੇਸ ਦੇ ਰੋਬ ਦੇ ਹਿਸਾਬ ਨਾਲ ਮੈਨੂੰ ਕਦੀ ਕਾਮੇਡੀ ਰੋਲ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਕਦੀ ਤੁਹਾਨੂੰ ਮਤਲਬ ਹੁੰਦਾ ਸੀ ਕਿ ਮੈਨੂੰ ਵੀ ਕਾਮੇਡੀ ਰੋਲ ਕਰਨ ਦਾ ਮੌਕਾ ਮਿਲੇ ਜਾਂ ਕੁਛ ਇੱਦਾਂ ਐਜ਼ ਸੱਚ ਕਾਮੇਡੀ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਮੈਂ ਥੀਏਟਰ ਦੇ ਵਿੱਚ ਤਾਂ ਬਹੁਤ ਸਾਰੇ ਕਰੈਕਟਰ ਕੀਤੇ ਨੇ ਅਸੀਂ ਪਿੱਛੇ ਇੱਕ ਪਲੇਅ ਕੀਤਾ ਸੀ ਉਹਦੇ ਅਸੀਂ ਕੈਨੇਡਾ ਵੀ ਸ਼ੋਅ ਕਰਕੇ ਆਏ ਸੀਗੇ ਉਹ ਕੀਤਾ ਸੀ ਬੇਬੇ ਜੀ ਮੈਂ ਸੰਤ ਬਣ ਗਿਆ ਅਤੇ ਉਹ ਕੋਮੇਡੀ ਸੀ ਟੋਟਲੀ ਅਤੇ ਮੇਰਾ ਅਤੇ ਗੁਰਚੇਤ ਦਾ ਇੱਕ ਕਿਰਦਾਰ ਸੀਗਾ ਅਤੇ ਉਹ ਬਹੁਤ ਸਰਾਇਆ ਗਿਆ ਮੇਰਾ ਇੱਕ ਮਤਲਬ ਫੌਜੀ ਦਾ ਕਿਰਦਾਰ ਦਿਖਾਇਆ ਉਹ ਰਿਟਾਇਰਡ ਫੌਜੀ ਆ ਉਹਦੀ ਘਰਵਾਲੀ ਜਿਹੜੀ ਆ ਬਿਲਕੁਲ ਦੇਸੀ ਹੈ ਅਤੇ ਉਹ ਦੋਨਾਂ ਦਾ ਰੋਮਾਂਸ ਕਿੱਦਾਂ ਉਹ ਗੱਲਬਾਤ ਕਰਦੇ ਆ ਕਿੱਦਾਂ ਉਹ ਬਹੁਤ ਅੱਛਾ ਲੋਕਾਂ ਨੇ ਬਹੁਤ ਸਰਾਇਆ ਸੀਗਾ ਅਤੇ ਮਤਲਬ ਇੱਦਾਂ ਦਾ ਕੋਈ ਉਹ ਨਹੀਂ ਆ ਇਹ ਹੁੰਦਾ ਕਿ ਕੁਛ ਕਹਿੰਦੇ ਵੀ
कुछ एक्स्ट्रा करने मिले तो वो आर्टिस्ट वास्ते हमेशा ही प्राउड वाली गल हुंदी है कि मैनू एदा दा कुछ चैलेंजिंग करैक्टर मिल रहा तो वह करन च स्वाद अलग आता। तो नीना जी हमेशा कह सकते हैं कि सफ़र के दौरान कलाकारी के सफ़र के दौरान कुछ यादा होंगे ने कुछ यह चीज़ा होंगे जो रूह से छाप छड़ जाए ने सानू कदे भी नहीं भुलदियां कुछ यह जी कोई एक याद। यादा तो बहुत ने मैनू जो मैं पंजाब 1984 की सी तो उद्देश्य जोड़ा मेरा किरदार सीगा वो दलजीत मैनू मारन आता खाड़कू का करैक्टर सीगा और पहला मतलब पूरी हाइप के उत्ते जाता दैन उस तो बाद दलजीत मारन आता पर दलजीत मारदा नहीं है कोई होर जो दूसरा कॉप हों मारदा मैं तो उद्देश की सी कि मतलब वो मेरे लिए इन्ना वधिया रहा कि मैनू बॉम्बे तो बहुत सारे फोन आए तो वो कहते भी भाई तेरा तेरा अभुल तेरा करैक्टर हैगा ये तू कर मतलब ये मतलब हर उन्हें क्या भी डायलॉग सुना दे मैं जिते भी जाता कहते नहीं पंजाब 1984 वाला ना वो डायलॉग सुना दो तो उदे नाल मतलब एक करदा एक होर सीगा जिदे च जिहड़ा कर मैं कदे नहीं भुल सकता वो एक असी गाना शूट कर रहे सी हरदीप गिल जी का तो गिल हरदीप का पर उन्होंने कर रहे थे साडे मरहूम मित्र गुरचरण विरक जी उन्होंने डायरैक्ट कर रहे थे मैं और अमृतपाल बिल्ला असी दोनों वो सीगा धार्मिक प्रोजैक्ट सीगा सुखा सिंह महताब सिंह दे लई तो वो असी घोड़िया के उत्ते मतलब हॉर्स राइडिंग करते आ रहे हैं असी तो वो की होया कि असी दोनों बराबर आ रहे हैं मतलब चल कर रहे हैं रिहर्सल अमृतपाल का जो घोड़ा से थोड़ा जहा नहीं चल रहा मैं कहते भी तू हॉर्स राइडिंग कर लेना भी तू वो घोड़ा ले लै भी अमृतपाल वो घोड़ा दे मैं चलो ठीक है जी असी दोनों घोड़े बराबर लेके आ रहे हैं तो इदा मतलब सामने कैमरा लगे हुआ वो जो कैमरे के नाल पांच चार जने होर खड़े सके तो दोनों घोड़े साढ़े ना एकदम तिरबगे उन्होंने एकदम झटका मारिया तो मैं घोड़ा मेरे तो अगे मैं घोड़े तो अगे तो मैं घोड़े तो बिल्कुल पलट के तो मैं अगे वजिया मेरे पिछे नाले अमृतपाल गिर गया तो सारा कैमरा कैमरे के शूट होया सारा कुछ तो भी किदा गिरे किमें होया तो वह बस वो लास्ट टाइम असी एक बार घोड़े तो गिरे थे जी उस तो बाद घोड़े तो नहीं कदे गिरे पर वो यादगारी मूवमेंट से मतलब परमात्मा का शुक्र आ कि साढ़े हाथ के बरछे भी सके परपाना भी सगिया तो वो मतलब मेरे बिल्कुल इदा आके सिर के कोल बरछा गड्या गया अमृतपाल बेले का तो बट वो बचा हो गया साडा सारा तो उस तो बाद फिर असी ना जीप के उत्ते सानू इदा दो जीप एक जीप के ना दोनों पासे उन्होंने कपड़ा बन के उपर बिठाता फिर मुड़े आदि इदा इदा करते आ रहे हैं वो मतलब जो असि ओनू देखते हैं तो सानू नाल दी नाल हासा आ जांदा भी यार की याद आ जांदी है। ते कोई थोड़ा फेवरेट करैक्टर होवे या फिर कह सकते कि कोई फेवरेट डायलॉग होवे कोई सानू एक डायलॉग मिट्टी फिल्म कीती सी मैं उहदे च एक डेरादार जिहड़ा हैगा उहदी गल कर रहे हैं ते अपने जतिंदर मोर जी ने डायरैक्ट कीती सी तो उद्दे एक डायलॉग सगा तो मैं तो एक मंत्री हैगा असं बैठे हैं तो पैग ला रहे हैं संगत को नहीं पता असी अलग कमरे की भी साड़ी मीटिंग चल रही है तो वह कहता मतलब पैग चक रहा तो पा रहा ना कहता अमरीका गया सा बहुत प्यार मिले उत्थे एक भगतनी ने भेट की सी वाह क्या आनंद सी महा आनंद मंत्री साहब संगत का की है संगत का प्यार की डोर देना बची होती है एक तुनका मार देंगे दबे वोटा ना उछल दे फिरेंगे मेरे मन अंदर एक ख्याल आ रहा सी कि इस डेरे दे नेड़े एक कन्यावां दा कॉलेज होना चाहिए सेवा करन दा बड़ा ही चित करता है ते ओ मतलब एक जे आप कही तो राम रहीम दा जिहड़ा डेरे दा सीगा ओह तो बहुत रौला पिया होया सीगा उहनूं मुख रख के थोड़ा जिहा कीता गया सीगा कि डेरियां दे विच इदां दा कुछ हुंदा लोकां नूं अंधविश्वास दे विच पा के ते ओह किद्दां लोकां नूं यूज करदे आ वो करदार सीगा मिट्टी दे विच ते वो बहुत सराहा गया सीगा ते एक स्ट्रगल जिवें कि कह सकदे कि लाइफ दा पार्ट है और कह सकदे कि आपां जे कलाकार लई स्ट्रगल करना बहुत जरूरी है फिर उहनू मिलदा ही स्ट्रगल है हौली 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 तां मंजिल मिलदी है जाके ते थोनू तुसीं की स्ट्रगल फेस कीता देखो
ਹਰੇਕ ਦੀ ਆਪਣੀ ਆਪਣੀ ਇੱਕ ਅਲੱਗ ਸਟਰਗਲ ਹੁੰਦੀ ਹੈ। ਮਤਲਬ ਮੈਂ ਆਪਣੀ ਗੱਲ ਦੱਸਦਾ ਕਿ ਮੈਂ ਜਦੋਂ ਜੋਬ 'ਤੇ ਲੱਗਿਆ ਤਾਂ ਮੈਨੂੰ ਸੀਗਾ ਕਿ ਕੁਛ ਨਾ ਕੁਛ ਅਲੱਗ ਤੋਂ ਕਰਨਾ ਚਾਹੀਦਾ, ਇਕੱਲੀ ਜੋਬ ਦੇ ਵਿੱਚ ਮੈਂ ਕੋਲੂ ਦਾ ਬੈਲ ਨਹੀਂ ਬਣਨਾ ਚਾਹੁੰਦਾ ਵੀ ਉੱਥੇ ਹੀ ਗਏ ਜੋਬ ਤੋਂ ਘਰ ਆ ਗਏ, ਘਰੋਂ ਫਿਰ ਜੋਬ 'ਤੇ ਚਲੇ ਗਏ ਅਤੇ ਉੱਥੇ ਘੁੰਮੀ ਜਾ ਰਹੇ ਹਾਂ ਅਤੇ ਸਾਨੂੰ ਕੁਛ ਨਹੀਂ। ਅਤੇ ਮੈਨੂੰ ਇਹ ਸੀਗਾ ਕਿ ਕੁਛ ਨਾ ਕੁਛ ਅਲੱਗ ਚਾਹੀਦਾ। ਮੈਂ 2-3 ਵਾਰੀ ਜੋਬ ਛੱਡਣ ਦੀ ਵੀ ਕੋਸ਼ਿਸ਼ ਕੀਤੀ ਕਿ ਮੈਂ ਜੋਬ ਛੱਡ ਦਿਆਂ ਅਤੇ ਮੈਂ ਬੰਬੇ ਚਲੇ ਜਾਵਾਂ, ਕਿਉਂਕਿ ਉਦੋਂ ਇੰਨਾ ਸਕੋਪ ਇੱਥੇ ਨਹੀਂ ਸੀਗਾ। ਹੁਣ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰਾ ਕੰਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਚੱਲ ਰਿਹਾ, ਔਰ ਤੈਨੂੰ ਪਤਾ ਕਿ ਹੁਣ ਕਿੰਨੇ ਸਾਰੇ ਚੈਨਲਸ ਵੀ ਆ ਗਏ ਨੇ ਜਿਹਦੇ ਕਰਕੇ ਆਰਟਿਸਟਾਂ ਨੂੰ ਇੰਨਾ ਜ਼ਿਆਦਾ ਸਟਰਗਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਉਹਨਾਂ ਨੂੰ ਕੁਛ ਨਾ ਕੁਛ ਮਿਲ ਹੀ ਜਾ ਰਿਹਾ। ਅਤੇ ਉਦੋਂ ਸਾਡੇ ਕੋਲ ਇੰਨਾ ਸਕੋਪ ਨਹੀਂ ਸੀਗਾ, ਜਦ ਜਲੰਧਰ ਦੂਰਦਰਸ਼ਨ ਹੁੰਦਾ ਸੀ, ਦਿੱਲੀ ਦੂਰਦਰਸ਼ਨ ਹੁੰਦਾ ਸੀ, ਜਾਂ ਕੋਈ ਬੰਬੇ ਦੀ ਕੋਈ ਟੀਮ ਆ ਗਈ ਕਿਸੇ ਨੇ ਮਾੜਾ ਮੋਟਾ ਕੰਮ ਕਰ ਲਿਆ, ਅਤੇ ਸਾਨੂੰ ਇਹ ਹੁੰਦਾ ਸੀ ਕਿ ਅਸੀਂ ਬੰਬੇ ਜਾ ਕੇ ਕੰਮ ਕਰੀਏ। ਮੈਂ ਨਾ ਬੰਬੇ ਗਿਆ ਅਤੇ ਉੱਥੇ ਕਿਸੇ ਐਪੀਸੋਡ ਵਾਸਤੇ ਅਸੀਂ ਕਰਨਾ ਸੀਗਾ, ਅਤੇ ਉਹ ਕੀਤਾ ਇਕਬਾਲ ਚਾਨਾ ਜੀ ਨੇ, ਉਹਦਾ ਪਾਇਲਟ ਸ਼ੂਟ ਕੀਤਾ। ਅਤੇ ਉਹਨਾਂ ਦਿਨਾਂ 'ਚ ਮੈਂ ਉੱਥੇ ਸੀਗਾ ਅਤੇ ਮੈਨੂੰ ਕਿਸੇ ਦਾ ਫੋਨ ਆ ਗਿਆ, ਯਾਰ ਇੱਕ ਦਿਨ ਦਾ ਕੰਮ ਆ ਵੀ ਕਰੇਗਾ? ਮੈਂ ਕਿਹਾ ਯਾਰ ਕੋਈ ਗੱਲ ਨਹੀਂ, ਮੈਂ ਕਿਹਾ ਆਰਟਿਸਟ ਹਾਂ ਆਪਾਂ, ਨੇ ਕਿਹਾ ਕੰਮ ਕਰਨਾ ਕੰਮ ਕਰਾਂਗਾ, ਮੈਂ ਚਲਾ ਗਿਆ। ਉਦੋਂ ਇਹ ਆਪਣਾ ਅਲਫਾ ਪੰਜਾਬੀ ਚੱਲਦਾ ਹੁੰਦਾ ਸੀ, ਅਲਫਾ ਪੰਜਾਬੀ 'ਤੇ ਇੱਕ ਸੀਰੀਅਲ ਚੱਲ ਰਿਹਾ ਸੀ ਬਲਦੇ ਦਰਿਆ, ਔਰ ਮੈਂ ਉਦੋਂ ਜਦੋਂ ਉੱਥੇ ਗਿਆ ਅਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਇੱਕ ਨਾ ਟੈਰਰਿਸਟ ਦਾ ਕਰੈਕਟਰ ਆ, ਅਤੇ ਮੈਂ ਉਹਨਾਂ ਨੇ ਮੈਨੂੰ ਦੱਸਿਆ ਅਤੇ ਉਹ ਡਾਇਰੈਕਟਰ ਸੀਗੇ ਚਿਤਰਾਰਥ ਜੀ, ਅਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਇੱਦਾਂ ਦਾ ਕਰਕੇ ਵੀ ਇੱਕ ਕਰੈਕਟਰ ਹੈਗਾ, ਤੁਸੀਂ ਇੱਕ ਬੰਦਾ ਕਿਡਨੈਪ ਕਰਨਾ ਹੈਗਾ ਅਤੇ ਉਹਨੂੰ ਲੈ ਕੇ ਜਾਣਾ। ਉਹਨਾਂ ਨੇ ਉਸ ਸ਼ੂਟ ਵਾਸਤੇ ਪੂਰਾ ਅੱਧਾ ਦਿਨ ਰੱਖਿਆ ਹੋਇਆ ਸੀ ਉਹਨਾਂ ਨੇ ਵੀ ਸਾਡਾ ਘੱਟੋ ਘੱਟ ਵੀ 6-7 ਘੰਟੇ ਲੱਗਣਗੇ ਇਸ ਸ਼ੂਟ ਵਾਸਤੇ। ਉਦੋਂ ਕੀ ਹੋਇਆ ਕਿ ਉਹ ਕਾਂਦੀਵਲੀ ਸਟੂਡੀਓ ਦੇ ਵਿੱਚ ਅਸੀਂ ਪਹੁੰਚ ਕੇ, ਅਤੇ ਜਦੋਂ ਸ਼ੂਟ ਸ਼ੁਰੂ ਹੋਇਆ ਅਤੇ ਸ਼ੂਟ ਅੱਧੇ ਘੰਟੇ 'ਚ ਖਤਮ, ਅਸੀਂ ਉਹ ਬੰਦਾ ਫਟਾਫਟ ਕਿਡਨੈਪ ਕੀਤਾ, ਜੀਪ ਵੈਨ 'ਚ ਸੁੱਟਿਆ, ਵੈਨ 'ਚ ਸੁੱਟ ਕੇ ਅਤੇ ਲੈ ਗਏ। ਅਤੇ ਉਹ ਮਤਲਬ ਸਟਨ ਹੋ ਗਏ, ਉਹ ਕਹਿੰਦੇ ਸਾਨੂੰ ਇੱਦਾਂ ਲੱਗਿਆ ਵੀ ਉਹ ਪ੍ਰੋਫੈਸ਼ਨਲ ਬੰਦੇ ਆਏ ਹੁੰਦੇ ਆ ਵੀ ਕਿਡਨੈਪਿੰਗ ਕਰਨ ਵਾਸਤੇ ਪ੍ਰੋਫੈਸ਼ਨਲ, ਅਤੇ ਉਹ ਉਹਨਾਂ ਨੂੰ ਇੰਨਾ ਵਧੀਆ ਲੱਗਿਆ ਅਤੇ ਉਹ ਕਹਿੰਦੇ ਵੀ ਇੱਦਾਂ ਵੀ ਇਹਨੂੰ ਆਪਾਂ ਜਿਹੜਾ ਤੁਹਾਡੇ ਵਾਲਾ ਕਰੈਕਟਰ ਇਹਨੂੰ ਅਸੀਂ ਵਧਾਵਾਂਗੇ। ਉਹ ਵੀ ਨੈਗੇਟਿਵ ਕਰੈਕਟਰ ਸੀਗਾ ਸਾਰਾ, ਔਰ ਮੈਂ ਉਹਦੇ ਕੋਈ ਕਰੀਬ 25-26 ਐਪੀਸੋਡ ਬਾਅਦ ਛੋੜ ਕੀਤੇ, ਮੇਰੇ ਲਈ ਸਪੈਸ਼ਲ ਉਹਨਾਂ ਨੇ ਕਰੈਕਟਰ ਲਿਖਿਆ। ਅਤੇ ਉਦੋਂ ਇਹ ਹੁੰਦਾ ਸੀ ਕਿ ਇੱਥੇ ਆ ਜਾਣਾ, ਇੱਥੋਂ ਦੀ ਫਿਰ ਭੱਜਣਾ, ਟ੍ਰੇਨ 'ਤੇ ਜਾਣਾ, ਹੋਰ ਕਰਨਾ, ਮਤਲਬ ਇਹ ਹੁੰਦਾ ਸੀ ਕਿ ਬੰਬੇ ਪਹੁੰਚੀਏ ਫਟਾਫਟ। ਅਤੇ 2-3 ਵਾਰੀ ਇੱਦਾਂ ਦਾ ਹੋਇਆ, ਮੇਰੇ ਫਾਦਰ ਸਾਹਿਬ ਨੇ ਮੈਨੂੰ ਮਦਰ ਨੇ ਵੀ ਕਹਿ ਦੇਣਾ, ਫਾਦਰ ਨੇ ਵੀ ਕਹਿ ਦੇਣਾ, ਤੂੰ ਚੰਗਾ ਭਲਾ ਤੈਨੂੰ ਜੋਬ ਮਿਲੀ ਹੋਈ ਆ ਅਤੇ ਲੋਕ ਜੋਬ ਲੱਭਦੇ ਆ, ਅਤੇ ਤੂੰ ਲੱਤਾਂ ਤੜਾਂ ਦਾ ਫਿਰੀ ਜਾਣਾ, ਕਦੇ ਭੰਗੜੇ 'ਚ ਭੱਜ ਜਾਣਾ, ਕਦੇ ਤੂੰ ਗੱਤਕੇ 'ਚ ਭੱਜ ਜਾਣਾ, ਕਦੇ ਨਾਟਕਾਂ 'ਚ ਭੱਜ ਜਾਣਾ, ਅਤੇ ਤੈਥੋਂ ਟਿੱਕ ਕੇ ਜੋਬ ਨਹੀਂ ਹੁੰਦੀ। ਅਤੇ ਮੈਨੂੰ ਬਹੁਤ ਸਾਲਾਂ ਬਾਅਦ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਤੂੰ ਹੁਣ ਜਾ ਕੇ ਬੰਬੇ ਜਾ ਕੇ ਕੰਮ ਕਰਿਆ, ਵੀ ਤੂੰ ਬੰਬੇ ਸ਼ਿਫਟ ਹੋ ਜਾ, ਵੀ ਅਸੀਂ ਇੱਥੇ ਬੱਚਿਆਂ ਨੂੰ ਅਸੀਂ ਸੰਭਾਲ ਲਾਂਗੇ ਜੇ ਕਿਵੇਂ। ਮੈਂ ਕਿਹਾ ਜੀ ਹੁਣ ਇੱਥੇ ਬੈਠ ਕੇ ਮੈਂ ਬੰਬੇ ਦਾ ਕੰਮ ਕਰ ਰਿਹਾ, ਅਤੇ ਵੀ ਮੈਂ ਹੁਣ ਇੱਥੇ ਹੀ ਕੰਮ ਸੈਟਲ ਆ, ਓਕੇ ਆ ਬਿਲਕੁਲ, ਅਤੇ ਮੈਂ ਖੁਸ਼ ਹਾਂ ਜੋ ਵੀ ਕੰਮ ਕਰ ਰਿਹਾ। ਪਰ ਇਹ ਆ ਵੀ ਉਦੋਂ ਦੀ ਸਟਰਗਲ ਅਤੇ ਹੁਣ ਦੀ ਸਟਰਗਲ ਦੇ ਵਿੱਚ ਜ਼ਮੀਨ ਅਸਮਾਨ ਦਾ ਅੱਜ ਕੱਲ੍ਹ ਪਲੈਟਫਾਰਮਸ ਬਹੁਤ ਪਲੈਟਫਾਰਮਸ ਹੈਗੇ ਨੇ, ਅਤੇ ਇੱਦਾਂ ਤਾਂ ਬਹੁਤ ਸਾਰੀਆਂ, ਜਿਵੇਂ ਤੁਹਾਨੂੰ ਦੱਸਦਾ ਵੀ ਇੱਥੋਂ ਦੀ ਚੜ੍ਹਨਾ, ਇੱਥੋਂ ਦੀ ਭੱਜਣਾ। ਅਤੇ ਮੈਂ ਪਿੱਛੇ ਇੱਕ ਮੇਰਾ ਸੋਨੀ ਟੀ ਵੀ ਦੇ ਉੱਤੇ ਸੀਰੀਅਲ ਚੱਲ ਰਿਹਾ ਸੀਗਾ, ਕਿਉਂਕਿ ਉਹਦੇ 'ਚ ਕੀ ਆ ਕਿ ਮੈਨੂੰ ਜੋਬ ਦਾ ਔਰ ਇਸ ਲਾਈਨ ਦਾ ਮੈਨੂੰ ਬੜਾ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਸੀ। ਮੇਰੇ ਜਿਹੜੇ ਔਫੀਸਰ ਜਿਹੜੇ ਪੁਰਾਣੇ ਸੀਗੇ ਉਹਨਾਂ ਨੇ ਬਹੁਤ ਸਾਥ ਦਿੱਤਾ ਕਿ ਕੋਈ ਗੱਲ ਨਹੀਂ, ਤੂੰ ਇੱਕ ਵਧੀਆ ਕੰਮ ਕਰ ਰਿਹਾ, ਤੂੰ ਕਰ। ਅਤੇ ਮੇਰਾ ਇੱਕ ਸੋਨੀ ਟੀ ਵੀ ਦੇ ਉੱਤੇ ਸੀਰੀਅਲ ਚੱਲ ਰਿਹਾ ਸੀ ਮੀਤ ਮਿਲਾ ਦੇ ਰੱਬਾ, ਉਹਦੇ 'ਚ ਵੀ ਮੇਰਾ ਨੈਗੇਟਿਵ ਕਰੈਕਟਰ ਸੀਗਾ, ਅਤੇ ਉਹ ਵੀ ਕਰਨ 'ਚ ਮੈਨੂੰ ਬਹੁਤ ਸਵਾਦ ਆਇਆ ਸੀਗਾ। ਉਹਦੇ ਵਾਸਤੇ ਵੀ ਇਹ ਸੀਗਾ ਕਿ ਇੱਥੇ ਆਈਦਾ ਸੀ, ਬੈਗ ਰੱਖੀਦਾ ਸੀ, ਅਤੇ ਨਾਲ ਦੀ ਨਾਲ ਫਿਰ ਆਵਾਜ਼ ਪੈ ਜਾਂਦੀ ਸੀ ਵੀ ਤੁਹਾਡਾ ਹਜੇ, ਕਿਉਂਕਿ ਉਹਨਾਂ ਕੋਲ ਬੈਂਕ ਨਹੀਂ ਸੀਗਾ, ਅਤੇ ਉਹ ਨਾਲ ਦੀ ਨਾਲ ਬੁਲਾ ਲੈਂਦੇ ਸੀ ਵੀ ਆ ਜਾਓ ਫਟਾਫਟ, ਇੱਥੋਂ ਦੀ ਫਿਰ ਜੋਬ 'ਤੇ ਕੁਛ ਨਾ ਕੁਛ ਬਹਾਨਾ ਮਾਰਨਾ ਅਤੇ ਭੱਜ ਲੈਣਾ ਉਹਦੇ ਨੂੰ, ਕਿਉਂਕਿ ਇੱਕ ਇਹ ਹੁੰਦੀ ਸੀ ਕਿ ਨਹੀਂ ਆਪਾਂ ਇਸ ਫੀਲਡ 'ਚ ਕੰਮ ਕਰਨਾ ਹੈਗਾ, ਮੀਡੀਆ ਫੀਲਡ 'ਚ ਕੰਮ ਕਰਨਾ। ਅਤੇ ਬਟ ਇਹ ਆ ਵੀ ਜੋਬ ਕਰਕੇ ਹੁਣ ਇਹ ਲੱਗਦਾ ਸੀ ਕਿ ਵੀ ਨਹੀਂ ਜੋਬ ਹੈਗੀ ਆ, ਬੱਚੇ ਹੈਗੇ ਨੇ, ਬੱਚੇ ਵੱਡੇ ਹੋ ਰਹੇ ਸੀ, ਗਰੋਇੰਗ ਹੋ ਰਹੇ ਸੀ, ਅਤੇ ਸਾਡਾ ਸਟਰਗਲ ਦਾ ਜਿਹੜਾ ਬਿਲਕੁਲ ਅਲੱਗ ਸੀਗਾ ਹੋਰਾਂ ਨਾਲੋਂ, ਜਿਹੜੇ ਕਿ ਬਿਲਕੁਲ ਹੀ ਸਿਰਫ ਥੀਏਟਰ ਔਰ ਐਕਟਿੰਗ ਲਾਈਨ ਦੇ ਉੱਤੇ ਨਿਰਭਰ ਨੇ, ਉਹਨਾਂ ਤੋਂ ਥੋੜ੍ਹਾ ਜਿਹਾ ਅਲੱਗ ਸੀ ਸਾਡਾ ਸਟਰਗਲ ਦਾ। ਅਤੇ ਮੈਂ ਮਤਲਬ ਕਹਿ ਸਕਦੇ ਕਿ ਇਹ ਮੇਰਾ ਆਖਰੀ ਪ੍ਰਸ਼ਨ ਹੈ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਬਟ ਗੱਲਾਂ ਦਾ ਸਿਲਸਿਲਾ ਖਤਮ ਕਰਨ ਦਾ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਹੈਗਾ। ਅਤੇ ਸਾਡੇ ਯੂਥ ਨੇ ਜਾਂ ਕਹਿ ਸਕਦੇ ਨੇ ਕਿ ਸਾਡਾ ਆਉਣ ਵਾਲਾ ਕੋਈ ਆਉਣ ਵਾਲੇ ਐਕਟਰ ਨੇ, ਮਾਡਲਸ ਨੇ,
ਕਿਉਂਕਿ ਤੁਸੀਂ ਇਸ ਲਾਈਨ ਚੋਂ ਗੁਜ਼ਰੇ ਹੋ, ਤੁਸੀਂ ਕਾਫੀ ਤੁਹਾਨੂੰ ਐਕਸਪੀਰੀਅੰਸ ਹੈ, ਤੁਸੀਂ ਉਹਨਾਂ ਨੂੰ ਕੋਈ ਇੱਕ ਐਡਵਾਈਸ ਕੁਛ ਮਤਲਬ ਦੇਣਾ ਚਾਹੁੰਦੇ ਹੋ? ਬਿਲਕੁਲ ਦੇਣਾ ਚਾਹਾਂਗਾ ਜੀ, ਕਿਉਂਕਿ ਨਵੇਂ ਬੱਚੇ ਜਿਹੜੇ ਨੇ ਉਹ ਨਾ ਕਿਤੇ ਨਾ ਕਿਤੇ ਸ਼ਾਰਟਕੱਟ ਲੱਭਦੇ ਨੇ ਕਿ ਸਾਨੂੰ ਸ਼ਾਰਟਕੱਟ ਮਿਲ ਜੇ, ਅਸੀਂ ਇੱਦਾਂ ਚੱਲ ਜੀਏ ਇੱਦਾਂ। ਇਸ ਫੀਲਡ ਦੇ ਵਿੱਚ ਸ਼ਾਰਟਕੱਟ ਕੁਛ ਵੀ ਨਹੀਂ ਹੈ, ਤੁਹਾਨੂੰ ਮੰਜ਼ਿਲ ਦਰ ਮੰਜ਼ਿਲ, ਪੌੜੀ ਦਰ ਪੌੜੀ ਹੀ ਚੜ੍ਹਨਾ ਪਏਗਾ। ਪਰ ਇੱਕ ਚੀਜ਼ ਹੈਗੀ ਆ ਕਿ ਜਦੋਂ ਤੁਸੀਂ ਇਸ ਫੀਲਡ ਲਈ ਹੁੰਦੇ ਹੋ, ਜਾਂਦੇ ਹੋ, ਤਾਂ ਤੁਹਾਨੂੰ ਡੈਡੀਕੇਸ਼ਨ ਪ੍ਰੋਪਰ ਦਿਖਾਉਣੀ ਪਏਗੀ, ਤੁਹਾਨੂੰ ਆਪਣਾ 120% ਪਾਉਣਾ ਪਏਗਾ, ਤਾਂ ਤੁਸੀਂ ਕਾਮਯਾਬ ਹੋਵੋਗੇ। ਅੱਜ ਦੀ ਡੇਟ ਦੇ ਵਿੱਚ ਬਹੁਤ ਸਕੋਪ ਨੇ, ਬਹੁਤ ਸਾਰੇ ਚੈਨਲਸ ਨੇ, ਤੁਹਾਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਮਿਲ ਹੀ ਜਾਂਦਾ। ਤੁਸੀਂ ਸਿਰਫ ਕਰਨ ਵਾਲੇ ਚਾਹੀਦੇ ਹੋ, ਤੁਹਾਡੇ ਅੰਦਰ ਇੱਕ ਫਾਇਰ ਹੋਣਾ ਚਾਹੀਦਾ ਕਿ ਹਾਂ ਮੈਂ ਇਹ ਕੰਮ ਕਰਨਾ। ਸਿਰਫ ਇਸ ਕਰਕੇ ਨਾ ਆਓ ਕਿ ਇਹ ਗਲੈਮਰ ਆ, ਤੁਹਾਨੂੰ ਨੇਮ ਫੇਮ ਮਿਲੇਗਾ, ਨਹੀਂ। ਤੁਸੀਂ ਇਹਨੂੰ ਇੱਕ ਬਾਏ ਮਤਲਬ ਇੱਕ ਪ੍ਰੋਪਰ ਪ੍ਰੋਫੈਸ਼ਨ ਸੋਚ ਕੇ ਫਿਰ ਆਓ। ਤੁਸੀਂ ਇਸ ਫੀਲਡ ਦੇ ਵਿੱਚ ਬਹੁਤ ਸਾਰੇ ਸਕੋਪ ਨੇ, ਇਹਦੇ 'ਚ ਐਕਟਿੰਗ ਦੇ ਨਾਲ ਨਾਲ ਹੋਰ ਬਹੁਤ ਸਾਰੇ ਆ, ਪ੍ਰੋਡਕਸ਼ਨ ਹੈਗੀ ਆ, ਡਾਇਰੈਕਸ਼ਨ ਹੈਗੀ ਆ, ਕੋਸਟਿਊਮ ਹੈਗਾ, ਇੰਨੇ ਜ਼ਿਆਦਾ ਫੀਲਡ ਨੇ। ਅੱਜ ਦੀ ਡੇਟ ਦੇ ਵਿੱਚ ਬਹੁਤ ਸਕੋਪ ਆ, ਪਰ ਮੈਂ ਅੱਜ ਦੇ ਜਿੰਨੇ ਵੀ ਕਲਾਕਾਰ ਆ ਰਹੇ ਨੇ ਕਿਸੇ ਵੀ ਮਤਲਬ ਮੀਡੀਆ ਫੀਲਡ ਦੇ ਨਾਲ, ਕਿਸੇ ਨਾਲ ਵੀ ਜੁੜਨਾ ਚਾਹੁੰਦੇ ਆ, ਉਹ ਆਉਣ ਪਰ ਪੂਰੀ ਡੈਡੀਕੇਸ਼ਨ ਦੇ ਨਾਲ ਆਉਣ, ਸ਼ਾਰਟਕੱਟ ਨਾ ਲੱਭਣ। ਮੇਰੀ ਤਾਂ ਇਹੀ ਆ, ਔਰ ਸਾਰਿਆਂ ਲਈ ਗੁੱਡ ਵਿਸ਼ਿਜ਼ ਨੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ। ਔਰ ਅੱਜ ਦੇ ਇਸ ਮਾਹੌਲ ਦੇ ਵਿੱਚ, ਕੋਵਿਡ ਭਰੇ ਮਾਹੌਲ ਦੇ ਵਿੱਚ, ਮੈਂ ਇਹੀ ਕਹਾਂਗਾ ਕਿ ਸਾਰੇ ਆਪਸ ਦੇ ਵਿੱਚ ਪਿਆਰ ਨਾਲ ਔਰ ਇੱਕ ਦੂਜੇ ਦਾ ਸਾਥ ਦੇ ਕੇ ਆਪਾਂ ਇਸ ਭਿਆਨਕ ਬਿਮਾਰੀ ਦੇ ਵਿੱਚੋਂ ਨਿਕਲ ਸਕਦੇ ਹਾਂ। ਦੂਰ ਰਹਿ ਕੇ ਨਹੀਂ, ਠੀਕ ਹੈ ਅਸੀਂ ਸੋਸ਼ਲ ਡਿਸਟੈਂਸਿੰਗ ਰੱਖਣੀ ਆ, ਪਰ ਦਿਲਾਂ ਤੋਂ ਦੂਰ ਨਾ ਕਰੋ, ਦਿਲਾਂ ਦੇ ਬਹੁਤ ਨੇੜੇ ਰਹੋ। ਆਪਣੇ ਰਿਸ਼ਤੇ ਨਾ ਭੁੱਲੋ, ਭਾਵੇਂ ਜਿੰਨੀ ਮਰਜ਼ੀ ਔਖੀ ਘੜੀ ਆ ਜੇ, ਰਿਸ਼ਤਿਆਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਜ਼ਰੂਰ ਖੜੇ ਹੋ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਤੁਹਾਡੇ ਨਾਲ ਗੱਲਬਾਤ ਕਰਕੇ। ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਸਮਾਜ ਟੀਵੀ ਦਾ ਅਹਿਮ ਪ੍ਰੋਗਰਾਮ ਸਥਾਨ ਜ਼ਿਲ੍ਹਾ ਦੀ, ਅਤੇ ਅੱਜ ਅਸੀਂ ਤੁਹਾਨੂੰ ਰੂਬਰੂ ਕਰਾਇਆ ਨਰਿੰਦਰਪਾਲ ਸਿੰਘ ਮੀਨਾ ਜੀ ਨਾਲ। ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ, ਗੱਲਬਾਤ ਕਰਕੇ, ਅਤੇ ਅਗਲੀ ਵਾਰ ਮੈਂ ਫਿਰ ਆਵਾਂਗੀ ਕਿਸੇ ਨਵੇਂ ਸ਼ਖਸੀਅਤ ਨਾਲ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।